ਇੱਕ ਮੁੰਡੇ ਤੇ ਕੁੜੀ ਦੇ ਵੱਲੋਂ ਫੂਡ ਸਟਾਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰਾਤ ਨੂੰ ਕਰੀਬ 2 ਵਜੇ ਇੱਕ ਮੁੰਡੇ ਅਤੇ ਕੁੜੀ ਨੇ ਫੂਡ ਦੇ ਸਟਾਲ ਨੂੰ ਅੱਗ ਲਾ ਦਿੱਤਾ, ਜਿਸ ਦੇ ਕਾਰਨ ਫੂਡ ਦਾ ਸਾਰਾ ਸਟਾਲ ਸੜ ਕੇ ਸਵਾ ਹੋਇਆ ਹੈ ਤੇ ਵੱਡਾ ਨੁਕਸਾਨ ਹੋਇਆ। ਤੇ ਦੱਸ ਦਈਏ ਕਿ ਮਾਮਲਾ ਜੀਰਕਪੁਰ ਦੇ VIP ਰੋਡ ਤੋਂ ਸਾਹਮਣੇ ਆਇਆ, ਜਿੱਥੇ ਕਿ ਮਾਰਕੀਟ ਦੇ ਬਾਹਰ ਇੱਕ ਫੂਡ ਦਾ ਸਟਾਲ ਸੀ ਤੇ ਉੱਥੇ ਇੱਕ ਮੁੰਡਾ ਅਤੇ ਕੁੜੀ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਫੂਡ ਸਟਾਲ ਨੂੰ ਅੱਗ ਲਗਾ ਦਿੰਦੇ ਨੇ। ਹਾਲਾਂਕਿ ਅੱਗ ਲਗਾਉਣ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਅਤੇ ਜੋ ਮੁੰਡਾ ਅਤੇ ਕੁੜੀ ਨੇ ਉਹ ਵੀ ਦੋਵੇਂ CCTV ਦੇ ਵਿੱਚ ਕੈਦ ਹੋਏ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋਵੇਂ ਆਉਂਦੇ ਨੇ ਅਤੇ ਜਿੱਥੇ ਫੂਡ ਦਾ ਸਟੋਲ ਹੈ ਉੱਥੇ ਜਾਂਦੇ ਨੇ ਤੇ ਅੱਗ ਲਗਾ ਕੇ ਤੇਜ਼ੀ ਦੇ ਨਾਲ ਉਹ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਲੋਕ ਉੱਥੋਂ ਦੀ ਨਿਕਲ ਰਹੇ ਸੀ ਸੜਕ ਦੇ ਉੱਤੋਂ ਤਾਂ ਉਹਨਾਂ ਦੇ ਵੱਲੋਂ ਅੱਗ ਲੱਗੀ ਦੇਖੀ ਜਾਂਦੀ ਹੈ। ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ, ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕੀਤਾ ਜਾਂਦਾ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਦੇ ਉੱਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਜਾਂਦਾ ਹੈ। ਗਨੀਮਤ ਰਹੀ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਫੂਡ ਸਟਾਲ ਸਾਰਾ ਸੜ ਕੇ ਸਵਾਹ ਹੋ ਗਿਆ ਤੇ ਜੋ ਮਾਲਕ ਹੈ ਫੂਡ ਸਟਾਲ ਦਾ ਉਸਦਾ ਕਹਿਣਾ ਹੈ ਕਿ ਉਸਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਆਖਰ ਇਹ ਮੁੰਡੇ ਅਤੇ ਕੁੜੀ ਨੇ ਹਰਕਤ ਕਿਉਂ ਕੀਤੀ ਹੈ, ਇਸ ਦੇ ਬਾਰੇ ਉਸਨੇ ਹੁਣ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ VIP ਰੋਡ ਜੀਰਕਪੁਰ ਦੇ ਕੋਲ ਇਹ ਅੱਗ ਲਗਾਈ ਗਈ ਹੈ ਫੂਡ ਦੇ ਸਟਾਲ ਨੂੰ। ਗਨੀਮਤ ਰਹੀ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕਿਉਂਕਿ ਕਿਹਾ ਜਾ ਰਿਹਾ ਕਿ ਜਿੱਥੇ ਫੂਡ ਦਾ ਸਟਾਲ ਹੈ ਉੱਥੇ ਹੋਰ ਵੀ ਕਾਫੀ ਦੁਕਾਨਾਂ ਨੇ, ਜੇਕਰ ਉਹਨਾਂ ਦੇ ਵਿੱਚ ਅੱਗ ਲੱਗਦੀ ਤਾਂ ਨੁਕਸਾਨ ਹੋਰ ਵੀ ਕਾਫੀ ਜ਼ਿਆਦਾ ਹੋ ਸਕਦਾ ਸੀ। ਪਰ ਦੱਸ ਦਈਏ ਕਿ ਇੱਕ ਮੁੰਡੇ ਅਤੇ ਕੁੜੀ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇੱਕ ਮੁੰਡੇ ਤੇ ਕੁੜੀ ਦੇ ਵੱਲੋਂ ਫੂਡ ਸਟਾਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰਾਤ ਨੂੰ ਕਰੀਬ 2 ਵਜੇ ਇੱਕ ਮੁੰਡੇ ਅਤੇ ਕੁੜੀ ਨੇ ਫੂਡ ਦੇ ਸਟਾਲ ਨੂੰ ਅੱਗ ਲਾ ਦਿੱਤਾ, ਜਿਸ ਦੇ ਕਾਰਨ ਫੂਡ ਦਾ ਸਾਰਾ ਸਟਾਲ ਸੜ ਕੇ ਸਵਾਹ ਹੋਇਆ ਤੇ ਵੱਡਾ ਨੁਕਸਾਨ ਹੋਇਆ। ਤੇ ਦੱਸ ਦਈਏ ਕਿ ਮਾਮਲਾ ਜੀਰਕਪੁਰ ਦੇ VIP ਰੋਡ ਤੋਂ ਸਾਹਮਣੇ ਆਇਆ, ਜਿੱਥੇ ਕਿ ਮਾਰਕੀਟ ਦੇ ਬਾਹਰ ਇੱਕ ਫੂਡ ਦਾ ਸਟਾਲ ਸੀ ਤੇ ਉੱਥੇ ਇੱਕ ਮੁੰਡਾ ਅਤੇ ਕੁੜੀ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਫੂਡ ਸਟਾਲ ਨੂੰ ਅੱਗ ਲਗਾ ਦਿੰਦੇ ਨੇ। ਹਾਲਾਂਕਿ ਅੱਗ ਲਗਾਉਣ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਅਤੇ ਜੋ ਮੁੰਡਾ ਅਤੇ ਕੁੜੀ ਨੇ ਉਹ ਵੀ ਦੋਵੇਂ CCTV ਦੇ ਵਿੱਚ ਕੈਦ ਹੋਏ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋਵੇਂ ਆਉਂਦੇ ਨੇ ਅਤੇ ਜਿੱਥੇ ਫੂਡ ਦਾ ਸਟੋਲ ਹੈ ਉੱਥੇ ਜਾਂਦੇ ਨੇ ਤੇ ਅੱਗ ਲਗਾ ਕੇ ਤੇਜ਼ੀ ਦੇ ਨਾਲ ਉਹ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਲੋਕ ਉੱਥੋਂ ਦੀ ਨਿਕਲ ਰਹੇ ਸੀ ਸੜਕ ਦੇ ਉੱਤੋਂ ਤਾਂ ਉਹਨਾਂ ਦੇ ਵੱਲੋਂ ਅੱਗ ਲੱਗੀ ਦੇਖੀ ਜਾਂਦੀ ਹੈ। ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ, ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕੀਤਾ ਜਾਂਦਾ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਦੇ ਉੱਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਜਾਂਦਾ ਹੈ। ਗਨੀਮਤ ਰਹੀ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਫੂਡ ਸਟਾਲ ਸਾਰਾ ਸੜ ਕੇ ਸਵਾਹ ਹੋ ਗਿਆ ਤੇ ਜੋ ਮਾਲਕ ਹੈ ਫੂਡ ਸਟਾਲ ਦਾ ਉਸਦਾ ਕਹਿਣਾ ਹੈ ਕਿ ਉਸਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਆਖਰ ਇਹ ਮੁੰਡੇ ਅਤੇ ਕੁੜੀ ਨੇ ਹਰਕਤ ਕਿਉਂ ਕੀਤੀ ਹੈ, ਇਸ ਦੇ ਬਾਰੇ ਉਸਨੇ ਹੁਣ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ VIP ਰੋਡ ਜੀਰਕਪੁਰ ਦੇ ਕੋਲ ਇਹ ਅੱਗ ਲਗਾਈ ਗਈ ਹੈ ਫੂਡ ਦੇ ਸਟਾਲ ਨੂੰ। ਗਨੀਮਤ ਰਹੀ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕਿਉਂਕਿ ਕਿਹਾ ਜਾ ਰਿਹਾ ਕਿ ਜਿੱਥੇ ਫੂਡ ਦਾ ਸਟਾਲ ਹੈ ਉੱਥੇ ਹੋਰ ਵੀ ਕਾਫੀ ਦੁਕਾਨਾਂ ਨੇ, ਜੇਕਰ ਉਹਨਾਂ ਦੇ ਵਿੱਚ ਅੱਗ ਲੱਗਦੀ ਤਾਂ ਨੁਕਸਾਨ ਹੋਰ ਵੀ ਕਾਫੀ ਜ਼ਿਆਦਾ ਹੋ ਸਕਦਾ ਸੀ। ਪਰ ਦੱਸ ਦਈਏ ਕਿ ਇੱਕ ਮੁੰਡੇ ਅਤੇ ਕੁੜੀ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।